ਜੀ ਬਿਲਕੁਲ, ਗੱਲਬਾਤ ਕਰਨ ਦੀ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਜੀ। ਇੱਕਦਮ ਪਰਿਵਾਰ ਦੇ ਵਿੱਚ ਕਹਿ ਸਕਦੇ ਹਾਂ ਕਿ ਗੇਟ ਤੋਂ ਐਂਟਰ ਹੁੰਦੇ ਨੇ ਹਮਲਾਵਰ, ਔਰ ਇਸ ਤਰ੍ਹਾਂ ਹਮਲੇ ਪੂਰੇ ਨੂੰ ਅੰਜਾਮ ਦਿੱਤਾ ਜਾਂਦਾ। ਕਿਸ ਤਰ੍ਹਾਂ ਦੇਖਦੇ ਹੋ ਸਾਰੀ ਘਟਨਾ ਨੂੰ, ਔਰ ਕੀ ਤੁਹਾਨੂੰ ਹੁਣ ਤੱਕ ਕੀ ਪਤਾ ਲੱਗਿਆ? ਦੇਖੋ ਜੀ, ਇਹ ਉਹ ਤਾਂ ਆਪਣੀ ਆਮ ਜ਼ਿੰਦਗੀ ਤਰ੍ਹਾਂ ਬੱਚਾ ਉੱਠ ਕੇ ਅਤੇ ਬਰੱਸ਼ ਵਗੈਰਾ ਕਰ ਰਿਹਾ ਸੀ, ਉਹਨੂੰ ਕੀ ਪਤਾ ਸੀ ਮੈਨੂੰ ਆਉਣ 'ਤੇ ਅਤੇ ਇਹੋ ਜਿਹਾ ਸਜ਼ਾ ਹੀ ਹੁੰਦੀ ਹੈ ਜੀ, ਕੋਈ ਪਤਾ ਹੀ ਨਹੀਂ ਜਿਸ ਚੀਜ਼ ਦਾ। ਅਤੇ ਉਹਨਾਂ ਨੇ ਉਹਨੂੰ ਅੰਦਰ ਲਿਆਂਦਾ ਬਾਹਰੋਂ, ਅਤੇ ਪਹਿਲਾਂ ਚਾਬੀਆਂ ਡਾਕੂਮੈਂਟਸ ਮੰਗੇ ਨੇ, ਗੱਡੀ ਉਹਨੇ ਨਵੀਂ ਲਈ, ਥੋੜ੍ਹੇ ਦਿਨ ਹੋਏ ਨੇ, ਅਤੇ ਕੁਛ ਕਾਰੋਬਾਰ ਦਾ ਵੀ ਇੱਥੇ ਸੈਟਲ ਕਰਨ ਦੀ ਸੋਚ ਰਿਹਾ ਸੀ, ਅਤੇ ਉਹ ਪਤਾ ਨਹੀਂ ਹੁਣ ਕੀ ਚੱਕਰ ਬਣਿਆ, ਅਤੇ ਉਹਨੂੰ ਅੰਦਰ ਲੈ ਆਏ ਨੇ, ਅੰਦਰ ਲਿਆ ਕੇ ਚਾਬੀਆਂ ਮੰਗੀਆਂ ਨੇ, ਉਹ ਚਾਬੀਆਂ ਕੱਢਣ ਲੱਗਾ ਅਤੇ ਉਹਨੂੰ ਗੋਲੀਆਂ ਮਾਰਤੀਆਂ। ਉਹ ਤਾਂ ਪਰਮਾਤਮਾ ਦੀ ਬਖਸ਼ਿਸ਼, ਜੋ ਕਹਿੰਦੇ ਜਾਕੋ ਰੱਖੇ ਸਾਈਆਂ ਮਾਰ ਸਕੇ ਨਾ ਕੋਈ, ਅਤੇ ਉਹਦੇ ਹਿਸਾਬ ਨਾਲ ਉਹਨੂੰ ਪਰਮਾਤਮਾ ਨੇ ਉਹਨੂੰ ਥੋੜ੍ਹਾ ਜਿਹਾ ਬਖਸ਼ ਦਿੱਤਾ। ਚਲੋ ਲੱਗੀਆਂ ਨੇ ਗੋਲੀਆਂ, ਪਰਮਾਤਮਾ ਦੇ ਅੱਗੇ ਹੀ ਦੁਆ ਕਰਦੇ ਹਾਂ ਵੀ ਉਹ ਛੇਤੀ ਰਾਜ਼ੀ ਹੋ ਜਾਏ। ਪਰ ਜੇ ਉਸ ਤਰ੍ਹਾਂ ਪੂਰੇ ਕ੍ਰਾਈਮ ਐਂਗਲ ਦੇਖਿਆ ਜਾਵੇ ਕਿ ਇੱਕਦਮ ਘਰ ਵਿੱਚ ਬੈਠਾ ਹੁੰਦਾ ਸ਼ਖਸ ਔਰ ਇੱਕਦਮ ਆ ਕੇ ਹਮਲਾ ਕਰ ਦੇਣਾ, ਕੀ ਸੋਚ ਸਕਦੇ ਹਾਂ ਫਿਰ? ਆਮ ਆਦਮੀ ਦਾ ਜੀਣਾ ਦੁਸ਼ਵਾਰ ਹੋ ਗਿਆ। ਕੀ ਕਹਿੰਦੇ ਆਮ ਆਦਮੀ ਕੀ ਜ਼ਿੰਦਗੀ ਜੀਏਗਾ? ਕੋਈ ਜੀਣ ਦਾ ਕੋਈ ਮਤਲਬ ਨਹੀਂ। ਉਹ ਵਿਦੇਸ਼ਾਂ 'ਚੋਂ ਕਮਾਈ ਕਰਕੇ ਇੱਥੇ ਲਿਆਏ ਆਪਣੇ ਘਰ ਸੈਟਲ ਹੋਣ ਵਾਸਤੇ, ਸੈਟਲ ਹੋਣ ਦੀ ਬਜਾਏ ਉਹਨਾਂ ਨੂੰ ਇਹ ਪਨਿਸ਼ਮੈਂਟਾਂ ਮਿਲੀਆਂ। ਕੀ ਕਹਿੰਦੇ ਫਿਲਹਾਲ ਉਹਨਾਂ ਦੀ ਹਾਲਤ ਗੰਭੀਰ? ਠੀਕ ਹੈ, ਥੋੜ੍ਹਾ ਫਰਕ ਪੈ ਰਿਹਾ। ਪਰਮਾਤਮਾ ਦੇ ਅੱਗੇ ਇਹੀ ਇਹੋ ਹੀ ਅਰਦਾਸ ਕਰਦੇ ਹਾਂ ਵੀ ਉਹ ਛੇਤੀ ਸਿਹਤਯਾਬ ਹੋਣ ਅਤੇ ਆਪਣੇ ਘਰ ਆਉਣ।